ਨਹਿਰ ਦੇ ਵਿੱਚੋਂ ਨੌਜਵਾਨ ਮੁੰਡਾ ਕੁੜੀ ਦੀ ਲਾਸ਼ ਮਿਲੀ, ਜਿਸ ਤੋਂ ਬਾਅਦ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ। ਪੁਲਿਸ ਦੇ ਮੁਲਾਜ਼ਮਾਂ ਨੇ ਮੌਕੇ 'ਤੇ ਆ ਕੇ ਜਾਇਜ਼ਾ ਲਿਆ ਔਰ ਦੋਵੇਂ ਲਾਸ਼ਾਂ ਨੂੰ ਬਾਹਰ ਕੱਢ ਕੇ ਸਰਕਾਰੀ ਹਸਪੀਟਲ ਦੇ ਵਿੱਚ ਰਖਵਾ ਦਿੱਤਾ। ਹਾਲੇ ਤੱਕ ਇਹਨਾਂ ਮੁੰਡਾ ਕੁੜੀ ਦੀ ਸ਼ਨਾਖਤ ਨਹੀਂ ਹੋਈ। ਤਾਂ ਦੱਸ ਦਈਏ ਕਿ ਮੁਕੇਰੀਆਂ ਹਾਈਡਲ ਨਹਿਰ ਦੇ ਪਾਵਰ ਹਾਊਸ ਨੰਬਰ 3 ਦੀਆਂ ਇਹ ਤਸਵੀਰਾਂ ਨੇ। ਪਹਿਚਾਣ ਨਾ ਹੋਣ ਕਰਕੇ ਹਾਜੀਪੁਰ ਪੁਲਿਸ ਦੇ ਵੱਲੋਂ ਦੋਵਾਂ ਦੀਆਂ ਲਾਸ਼ਾਂ ਨੂੰ ਮੁਕੇਰੀਆ ਦੇ ਸਿਵਲ ਹਸਪੀਟਲ ਦੇ ਵਿੱਚ ਰਖਵਾਇਆ ਗਿਆ। ਦੱਸਦੇ ਕਿ ਪੁਲਿਸ ਦੀ ਮੌਜੂਦਗੀ ਦੇ ਵਿੱਚ ਦੋਵਾਂ ਦੀਆਂ ਲਾਸ਼ਾਂ ਨੂੰ ਨਹਿਰ ਦੇ ਵਿੱਚੋਂ ਬਾਹਰ ਕੱਢਿਆ ਗਿਆ। ਦੱਸਦੇ ਕਿ ਮੁੰਡੇ ਦੀ ਉਮਰ ਤਕਰੀਬਨ 30 ਸਾਲ ਦੀ ਹੈ, ਜਦਕਿ ਕੁੜੀ ਦੀ 25 ਸਾਲ ਦੀ। ਦੋਵਾਂ ਦੀ ਮੌਤ ਦਾ ਆਖਿਰਕਾਰ ਕੀ ਕਾਰਨ ਹੋ ਸਕਦਾ, ਇਸ ਬਾਰੇ ਪਤਾ ਕਰਨ ਦੇ ਵਿੱਚ ਪੁਲਿਸ ਹੁਣੇ ਤੋਂ ਜੁੱਟ ਗਈ ਹੈ। ਸਰ, ਜਿਹੜਾ 3 ਨੰਬਰ ਪਾਵਰ ਹਾਊਸ 'ਤੇ ਬੋਡੀਜ਼ ਮਿਲੀ, ਕੀ ਇਹ ਮਾਮਲਾ? ਅੱਜ ਸਾਨੂੰ ਟੈਲੀਫੋਨ 'ਤੇ ਇਨਫੋਰਮੇਸ਼ਨ ਮਿਲੀ ਹੈ ਪਾਵਰ ਹਾਊਸ ਵੱਲੋਂ ਕਿ 2 ਡੈੱਡ ਬੋਡੀਆਂ, ਇੱਕ ਮੇਲ ਅਤੇ ਇੱਕ ਫੀਮੇਲ ਨਾ ਜੀ, ਇੱਥੇ 3 ਨੰਬਰ ਪਾਵਰ ਹਾਊਸ 'ਚ ਆਈਆਂ। ਉਹ ਆਣ ਕੇ ਅਸੀਂ ਡੈੱਡ ਬੋਡੀਆਂ ਕਢਾਈਆਂ, ਇੱਕ ਮੇਲ ਹੈ ਇੱਕ ਫੀਮੇਲ ਹੈ। ਇਹਨਾਂ ਦੀ ਸ਼ਨਾਖਤ ਲਈ ਇਹਨਾਂ ਨੂੰ ਡੈੱਡ ਹਾਊਸ ਲੈ ਕੇ ਜਾ ਰਹੇ ਹਾਂ ਹੋਸਪਿਟਲ। ਅਜੇ ਤੱਕ ਇੱਥੇ ਕੋਈ ਸ਼ਨਾਖਤ ਵਾਸਤੇ ਨਹੀਂ ਆਇਆ। ਜਿੱਦਾਂ ਵੀ ਇਹਨਾਂ ਦੀ ਸ਼ਨਾਖਤ ਹੋਏਗੀ, ਜੋ ਵੀ ਉਹਦੇ ਘਰ ਦੇ ਬਿਆਨ ਦੇਣਗੇ, ਉਸ ਅਨੁਸਾਰ ਕਾਰਵਾਈ ਕੀਤੀ। ਸਰ, ਕਿੰਨੀ ਕੁ ਉਮਰ ਲੱਗਦੀ ਹੈ ਇਹਨਾਂ ਦੀ? ਇਹ ਮੁੰਡੇ ਦੀ ਉਮਰ ਕੋਈ 30 ਸਾਲ ਲੱਗਦੀ ਹੈ ਜੀ, ਲੜਕੀ ਜਿਹੜੀ 25 ਸਾਲ ਦੀ ਹੈ। ਸਰ, ਕੋਈ ਲੱਗਾ ਕਾਰਨ ਕੀ ਲੈ, ਖੁਦਕੁਸ਼ੀ ਦਾ ਮਾਮਲਾ ਲੱਗਦਾ ਕਿ ਕਿਸ ਤਰ੍ਹਾਂ ਦਾ? ਹਾਲ ਦੀ ਘੜੀ ਕੁਛ ਨਹੀਂ ਕਿਹਾ ਜਾ ਸਕਦਾ ਜੀ, ਫਰਦਰ ਇਨਵੈਸਟੀਗੇਸ਼ਨ ਕਰ ਰਹੇ ਹਾਂ ਜੀ, ਉਹਦੇ 'ਚ ਜੋ ਵੀ ਗੱਲ ਸਾਹਮਣੇ ਆਊਗੀ ਕਾਰਵਾਈ। ਨਹਿਰ ਦੇ ਵਿੱਚੋਂ ਨੌਜਵਾਨ ਮੁੰਡਾ ਕੁੜੀ ਦੀ ਲਾਸ਼ ਮਿਲੀ, ਜਿਸ ਤੋਂ ਬਾਅਦ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ। ਪੁਲਿਸ ਦੇ ਮੁਲਾਜ਼ਮਾਂ ਨੇ ਮੌਕੇ 'ਤੇ ਆ ਕੇ ਜਾਇਜ਼ਾ ਲਿਆ ਔਰ ਦੋਵੇਂ ਲਾਸ਼ਾਂ ਨੂੰ ਬਾਹਰ ਕੱਢ ਕੇ ਸਰਕਾਰੀ ਹਸਪੀਟਲ ਦੇ ਵਿੱਚ ਰਖਵਾ ਦਿੱਤਾ। ਹਾਲੇ ਤੱਕ ਇਹਨਾਂ ਮੁੰਡਾ ਕੁੜੀ ਦੀ ਸ਼ਨਾਖਤ ਨਹੀਂ ਹੋਈ। ਤਾਂ ਦੱਸ ਦਈਏ ਕਿ ਮੁਕੇਰੀਆਂ ਹਾਈਡਲ ਨਹਿਰ ਦੇ ਪਾਵਰ ਹਾਊਸ ਨੰਬਰ 3 ਦੀਆਂ ਇਹ ਤਸਵੀਰਾਂ ਨੇ। ਪਹਿਚਾਣ ਨਾ ਹੋਣ ਕਰਕੇ ਹਾਜੀਪੁਰ ਪੁਲਿਸ ਦੇ ਵੱਲੋਂ ਦੋਵਾਂ ਦੀਆਂ ਲਾਸ਼ਾਂ ਨੂੰ ਮੁਕੇਰੀਆ ਦੇ ਸਿਵਲ ਹਸਪੀਟਲ ਦੇ ਵਿੱਚ ਰਖਵਾਇਆ ਗਿਆ। ਦੱਸਦੇ ਕਿ ਪੁਲਿਸ ਦੀ ਮੌਜੂਦਗੀ ਦੇ ਵਿੱਚ ਦੋਵਾਂ ਦੀਆਂ ਲਾਸ਼ਾਂ ਨੂੰ ਨਹਿਰ ਦੇ ਵਿੱਚੋਂ ਬਾਹਰ ਕੱਢਿਆ ਗਿਆ। ਦੱਸਦੇ ਕਿ ਮੁੰਡੇ ਦੀ ਉਮਰ ਤਕਰੀਬਨ 30 ਸਾਲ ਦੀ ਹੈ, ਜਦਕਿ ਕੁੜੀ ਦੀ 25 ਸਾਲ ਦੀ। ਦੋਵਾਂ ਦੀ ਮੌਤ ਦਾ ਆਖਿਰਕਾਰ ਕੀ ਕਾਰਨ ਹੋ ਸਕਦਾ, ਇਸ ਬਾਰੇ ਪਤਾ ਕਰਨ ਦੇ ਵਿੱਚ ਪੁਲਿਸ ਹੁਣੇ ਤੋਂ ਜੁੱਟ ਗਈ ਹੈ। ਸਰ, ਜਿਹੜਾ 3 ਨੰਬਰ ਪਾਵਰ ਹਾਊਸ 'ਤੇ ਬੋਡੀਜ਼ ਮਿਲੀ, ਕੀ ਇਹ ਮਾਮਲਾ? ਅੱਜ ਸਾਨੂੰ ਟੈਲੀਫੋਨ 'ਤੇ ਇਨਫੋਰਮੇਸ਼ਨ ਮਿਲੀ ਹੈ ਪਾਵਰ ਹਾਊਸ ਵੱਲੋਂ ਕਿ 2 ਡੈੱਡ ਬੋਡੀਆਂ, ਇੱਕ ਮੇਲ ਅਤੇ ਇੱਕ ਫੀਮੇਲ ਨਾ ਜੀ, ਇੱਥੇ 3 ਨੰਬਰ ਪਾਵਰ ਹਾਊਸ 'ਚ ਆਈਆਂ। ਉਹ ਆਣ ਕੇ ਅਸੀਂ ਡੈੱਡ ਬੋਡੀਆਂ ਕਢਾਈਆਂ, ਇੱਕ ਮੇਲ ਹੈ ਇੱਕ ਫੀਮੇਲ ਹੈ। ਇਹਨਾਂ ਦੀ ਸ਼ਨਾਖਤ ਲਈ ਇਹਨਾਂ ਨੂੰ ਡੈੱਡ ਹਾਊਸ ਲੈ ਕੇ ਜਾ ਰਹੇ ਹਾਂ ਹੋਸਪਿਟਲ। ਅਜੇ ਤੱਕ ਇੱਥੇ ਕੋਈ ਸ਼ਨਾਖਤ ਵਾਸਤੇ ਨਹੀਂ ਆਇਆ। ਜਿੱਦਾਂ ਵੀ ਇਹਨਾਂ ਦੀ ਸ਼ਨਾਖਤ ਹੋਏਗੀ, ਜੋ ਵੀ ਉਹਦੇ ਘਰ ਦੇ ਬਿਆਨ ਦੇਣਗੇ, ਉਸ ਅਨੁਸਾਰ ਕਾਰਵਾਈ ਕੀਤੀ। ਸਰ, ਕਿੰਨੀ ਕੁ ਉਮਰ ਲੱਗਦੀ ਹੈ ਇਹਨਾਂ ਦੀ? ਇਹ ਮੁੰਡੇ ਦੀ ਉਮਰ ਕੋਈ 30 ਸਾਲ ਲੱਗਦੀ ਹੈ ਜੀ, ਲੜਕੀ ਜਿਹੜੀ 25 ਸਾਲ ਦੀ ਹੈ। ਸਰ, ਕੋਈ ਲੱਗਾ ਕਾਰਨ ਕੀ ਲੈ, ਖੁਦਕੁਸ਼ੀ ਦਾ ਮਾਮਲਾ ਲੱਗਦਾ ਕਿ ਕਿਸ ਤਰ੍ਹਾਂ ਦਾ? ਹਾਲ ਦੀ ਘੜੀ ਕੁਛ ਨਹੀਂ ਕਿਹਾ ਜਾ ਸਕਦਾ ਜੀ, ਫਰਦਰ ਇਨਵੈਸਟੀਗੇਸ਼ਨ ਕਰ ਰਹੇ ਹਾਂ ਜੀ, ਉਹਦੇ 'ਚ ਜੋ ਵੀ ਗੱਲ ਸਾਹਮਣੇ ਆਊਗੀ ਕਾਰਵਾਈ।